ਹੈਲੋ, ਸਤਿ ਸ਼੍ਰੀ ਅਕਾਲ ਵੀਰ ਜੀ, ਪੈਰਸ ਵਾਲਿਓ। ਹੋਰ ਸਭ ਠੀਕ ਠਾਕ ਭਾਅ ਜੀ? ਤੇ ਵੀਰ ਜੀ, ਮੈਂ ਇਸ ਕਰਕੇ ਵੀਡੀਓ ਬਣਾਉਂਦਾ। ਆਹ ਦੇਖੋ ਜੀ, ਤੁਸੀਂ ਪੈਕਟ ਚੌਲਾਂ ਵਾਲਾ ਦੇਖ ਰਹੇ ਹੋ ਸਾਫ਼। ਇਹ ਦੇਖੋ, ਹੁਣ ਮੈਂ ਚੌਲਾਂ 'ਚ ਬਣਾ ਕੇ ਹਟਿਆ ਹਾਂ, ਤੇ ਮੈਂ ਕਿਹਾ ਚਲੋ ਰੋਟੀ ਖਾਂਦੇ ਹਾਂ। ਤੇ ਜਦੋਂ ਉਬਾਲ ਕੇ 15-20 ਮਿੰਟ ਬਾਅਦ ਰੱਖੇ ਆ, ਤੇ ਉਹਨਾਂ 'ਚ ਮੁਸ਼ਕ ਇੱਦਾਂ ਆ ਰਹੀ ਜਿੱਦਾਂ ਪਲਾਸਟਿਕ ਸਾੜੀ ਹੁੰਦੀ ਆਪਾਂ। ਤੇ ਉਸ ਤੋਂ ਬਾਅਦ ਮੈਂ ਦੇਖੋ ਆਹ ਰੱਖ ਕੇ 15 ਮਿੰਟ ਇਹਨੂੰ ਮੈਂ ਉਬਾਲ ਕੇ ਰੱਖਿਆ ਹੋਇਆ, ਤੇ ਮੈਂ ਕਿਹਾ ਚਲੋ ਦੇਖਦੇ ਹਾਂ ਕੀ ਕਰਦੇ। ਇਹ ਦੇਖੋ ਥੱਲੇ, ਆਹ ਦੇਖੋ ਇਹ ਥੱਲੇ ਉੱਭਰਦਾ ਵੀਰ ਜੀ, ਆਹ ਦੇਖੋ, ਆਹ ਦੇਖੋ ਪਲਾਸਟਿਕ, ਆਹ ਦੇਖੋ। ਚੌਲਾਂ ਦਾ ਮਤਲਬ ਹੁੰਦਾ ਵੀ ਭਾਅ ਜੀ ਟੁੱਟ ਜਾਣਾ। ਤੇ ਵੀਰ ਜੀ ਇਹ ਦੇਖੋ, ਆਹ ਦੇਖੋ, ਕੱਲ੍ਹ ਵੀਰ ਜੀ ਮੈਂ ਆਂਡਿਆਂ ਦੀ ਚਾੜੀ ਸੀ ਵੀਡੀਓ, ਪਲਾਸਟਿਕ ਦੇ ਆਂਡੇ ਨੇ, ਤੇ ਉਹਨਾਂ ਵਿੱਚ ਵੀ ਇਹੀ ਪ੍ਰੋਬਲਮ ਚੱਲਦੀ ਆ। ਤੇ ਅੱਜ ਅਸੀਂ ਇਹ ਉੱਧਰ ਹੀ ਆਂਡੇ ਲਿਆਂਦੇ ਸੀ ਪਰਸੋਂ, ਤੇ ਪਰਸੋਂ ਹੀ ਆਪਾਂ ਚੌਲ ਲੈ ਕੇ ਆਏ, ਇਹ ਪੈਕਟ ਲੰਕੀਆਂ ਦੀ ਦੁਕਾਨ ਤੋਂ ਲੈ ਕੇ ਆਏ। ਤੇ ਵੀਰ ਜੀ ਅੱਜ ਆਹ ਦੇਖੋ ਪਲਾਸਟਿਕ ਵਾਲੇ ਚੌਲ ਆ, ਆਪਾਂ ਕੋਈ ਇਹ ਨਹੀਂ ਕਰਨੀਆਂ, ਤੁਹਾਡੇ ਸਾਹਮਣੇ ਆ, ਇਹਦੇ ਵਿੱਚ ਵੱਟਿਆ। ਤੇ ਆਹ ਦੇਖੋ, ਆਹ ਦੇਖੋ ਵੀਰ ਜੀ, ਆਹ ਦੇਖੋ, ਆਹ ਦੇਖੋ, ਤੁਹਾਨੂੰ ਨਹੀਂ, ਆਹ ਦੇਖ ਇੱਕ ਤਾਂ ਹੁੰਦਾ ਨਾ ਬੰਦੇ ਨੇ ਵੀ ਕੋਈ ਚੱਕਰ ਨਹੀਂ ਪਹਿਲਾਂ ਬਣਾਇਆ। ਆਹ ਦੇਖੋ ਵੀਰ ਜੀ, ਆਪਾਂ ਤੁਹਾਨੂੰ ਬਣਾ ਕੇ ਦੱਸਦੇ, ਆਹ ਦੇਖੋ, ਆਹ ਦੇਖਿਓ ਯਾਰ, ਇਹ ਵੀਰ ਜੀ ਇੱਦਾਂ ਇਹ ਸੇਮ ਪੈਰਸ ਨੂੰ ਤੇ ਇੰਡੀਆ 'ਚ ਕੀ ਵੰਡਿਆ ਹੋਇਆ? ਕੁਛ ਨਹੀਂ ਵੰਡਿਆ ਵੀਰ ਜੀ, ਇੰਡੀਆ ਵੀ ਬਸ ਟੀਕੇ ਲੱਗ ਰਹੇ ਆ ਦਵਾਣਿਆਂ 'ਚ, ਸਬਜ਼ੀਆਂ 'ਚ, ਉੱਤੋਂ ਕਹਿੰਦੇ ਮੀਟ ਆ ਗਿਆ ਪਲਾਸਟਿਕ ਦਾ। ਉੱਤੋਂ ਵੀਰ ਜੀ ਆਹ ਦੇਖੋ, ਆਹ ਦੇਖਿਓ ਯਾਰ ਤੁਹਾਡੇ ਸਾਹਮਣੇ ਵੀਡੀਓ, ਆਹ ਦੇਖ ਲਿਓ ਵੀਰ ਜੀ। ਆਪਾਂ ਤਾਂ ਇਸ ਕਰਕੇ ਕਹਿੰਦੇ ਵੀ ਸਾਰੇ ਬੰਦੇ ਆਹ ਲਓ ਜੀ, ਇਹ ਆਹ ਲਓ ਜੀ, ਇਹਨਾਂ ਨੇ ਵੀਰ ਜੀ ਪਿੱਲ ਗੋਲੀਆਂ ਖੱਡੀ, ਇਹਨਾਂ ਨੂੰ ਪੁੱਛੇ ਕੋਈ? ਆਹ ਦੇਖੋ ਜੀ, ਆਹ ਦੇਖੋ ਵੀਰ ਜੀ, ਇਹ ਤਾਂ ਹੁਣ ਆਹੀ ਕੰਮ ਵਾਸਤੇ ਰਹਿ ਗਏ ਮੈਂ ਕਹਿੰਦਾ। ਅਤੇ ਵੀਰ ਜੀ ਅੱਗੇ ਤੁਸੀਂ ਸਿਆਣੇ ਹੋ ਮੇਰਾ ਵੀਰ ਪੈਰਸ ਵਾਲੇ, ਅਤੇ ਧਿਆਨ ਨਾਲ ਖਾਓ ਵੀਰ ਜੀ ਚੌਲ। ਆਹ ਦੇਖੋ ਪੈਕਟ ਪਾਈ ਚੌਲਾਂ ਦਾ, ਇਹ ਦੇਖ ਲਓ ਇੱਕ ਵਾਰੀ, ਤੁਹਾਡੇ ਮੈਂ ਲਾਗੇ ਕਰਦਾ ਹੂ ਹੂ, ਦੇਖ ਲਓ ਵੀਰ ਜੀ। ਅਤੇ ਬਾਕੀ ਮੇਰਾ ਵੀਰ ਇਹੋ ਮੇਰੇ ਕੋਲ ਬੇਨਤੀ ਆ, ਅਤੇ ਕੱਲ੍ਹ ਆਂਡੇ ਸੀ ਵੀਰ ਜੀ ਪਲਾਸਟਿਕ ਦੇ, ਉਹ ਚਾੜੇ, ਉਹ ਵੀ ਨੁਕਸਾਨ, ਅਜੇ ਤੱਕ ਵੀ ਮੇਰੇ ਕੋਲ ਆਂਡੇ ਮੈਂ ਰੱਖੇ ਹੋਏ ਆ। ਅਤੇ ਅੱਜ ਵੀਰ ਜੀ ਚੌਲ ਇੱਦਾਂ ਦੇ ਆ, ਦੇਖ ਲਓ ਵੀਰ ਜੀ। ਅਤੇ ਬਾਕੀ ਮੇਰਾ ਵੀਰ ਧਿਆਨ ਆ, ਸਾਰੇ ਪ੍ਰਦੇਸ਼ਾਂ 'ਚ ਆਏ ਵੀਰ ਜੀ। ਅਤੇ ਬਾਕੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਓਕੇ, ਸਤਿ ਸ਼੍ਰੀ ਅਕਾਲ ਵੀਰ ਜੀ।